ਅੰਮ੍ਰਿਤਸਰ ਦੇ ਵਾਰਡ ਨੰਬਰ 77 ਸਥਿਤ ਮੋਹਣੀ ਪਾਰਕ 'ਚ ਪਾਰਸ਼ਦ ਊਸ਼ਾ ਰਾਣੀ ਦੇਵਗਨ ਤੇ ਵਿਰਾਟ ਦੇਵਗਨ ਦੀ ਅਗਵਾਈ 'ਚ ਵਿਧਵਾ ਬਜ਼ੁਰਗ ਤੇ ਅਪਾਹਜ ਲੋਕਾਂ ਦੇ ਪੈਨਸ਼ਨ ਦੇ ਫਾਰਮ ਭਰੇ ਗਏ। ਅੱਜ ਦਾ ਜਿਹੜਾ ਪੈਨਸ਼ਨ ਕੈਂਪ ਹੈ, ਇਸ ਪੈਨਸ਼ਨ ਕੈਂਪ ਦੇ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪ ਪੈਨਸ਼ਨ ਜਾਂ ਸਰਕਾਰ ਦੀਆਂ ਜਿਹੜੀਆਂ ਹੋਰ ਸਕੀਮਾਂ ਚੱਲ ਰਹੀਆਂ ਨੇ ਲੋਕਾਂ ਦੀ ਬਿਹਤਰੀ ਦੇ ਵਾਸਤੇ, ਪੰਜਾਬ ਸਰਕਾਰ ਦੀਆਂ ਜਾਂ ਸੈਂਟਰਲ ਸਰਕਾਰ ਦੀਆਂ, ਉਹਨਾਂ ਦੇ ਵਾਸਤੇ ਅੱਜ ਇੱਕ ਕੈਂਪ ਲਗਾਇਆ ਗਿਆ। ਬਹੁਤ ਸਾਰੇ ਲੋਕ ਘੱਟ ਪੜ੍ਹੇ ਲਿਖੇ ਹੋਣ ਦੇ ਕਾਰਨ ਜਾਂ ਕਿਸੇ ਅਸੁਵਿਧਾ ਹੋਣ ਦੇ ਕਾਰਨ ਜਾਂ ਕਿਸੇ ਕਨਵੀਨਸ ਨਾ ਹੋਣ ਦੇ ਕਾਰਨ ਜਾਂ ਘੱਟ ਇਨਫੋਰਮੇਸ਼ਨ ਹੋਣ ਦੇ ਕਾਰਨ ਸੇਵਾ ਕੇਂਦਰਾਂ ਦੇ ਵਿੱਚ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਆਪਣੇ ਫਾਰਮ ਨਹੀਂ ਭਰ ਪਾਉਂਦੇ। ਦਾ ਕੈਂਪ ਲਗਵਾਇਆ ਹੈਗਾ ਵੀ ਲੋਕਾਂ ਦੇ ਮਤਲਬ ਲਾਭ ਵਾਸਤੇ, ਉੱਧਰੋਂ ਕੱਲ੍ਹ ਨੀਲੇ ਜਿਹੇ ਕਾਰਡ ਜਿਨ੍ਹਾਂ ਦੇ ਰਾਸ਼ਨ ਕਾਰਡ ਮਤਲਬ ਨਾਮ ਕੱਟੇ ਗਏ ਨੇ ਉਹ ਅਸੀਂ ਦੁਬਾਰਾ ਤੋਂ ਬਣਵਾ ਰਹੇ ਹਾਂ। ਇਹ ਸਭ ਕੈਪਟਨ ਅਮਰਿੰਦਰ ਸਿੰਘ ਜੀ ਔਰ ਡਾਕਟਰ ਰਾਜਪਾਲ ਵੇਰਕਾ ਜੀ ਦੀ ਮਿਹਰਬਾਨੀ ਨਾਲ ਇਹ ਸਾਰਾ ਕੰਮ ਹੋ ਰਿਹਾ ਔਰ ਅਸੀਂ ਸਾਰਾ ਕੰਮ ਜਿਹੜਾ ਲੋਕਾਂ ਦੀ ਲੋਕਾਂ ਦੇ ਫਾਇਦੇ ਲਈ ਸਭ ਤੋਂ ਪਹਿਲੇ ਕਰਾਂਗੇ।